तामी साहब तुसी कह रहे हो काला दिन आ, मैं कह रहा आज का दिन सोने के अक्षरों नाल लिखा जाने वाला दिन आ। जिहड़ा चौ वर्णा का सांझा स्थान है जिथे समुची दुनिया के लोग शीस नभाउण लई आउंदे आ, उत्थों प्रसारित हुंदी गुरबाणी नूं ओह इक चैनल तक सीमित करदे, बाकी लोकां तक पहुंचण दा अधिकार ही ना हो। इह गुरबाणी नाल इह सिख संगत दी भावनावां नाल ये सिख धर्म के प्रचार प्रसार के लिए और मैं कह रहा समुची पंजाबी के प्रसार प्रसार के लिए एक बहुत बड़ा धोखा सी कि अज जे बाकी चैनल्स हो रहा वो भी गुरबाणी का प्रचार प्रसार करना चाहते हैं, उन्होंने पाबंदी क्यों, इस गल की पाबंदी। धामी साहब तुसी सिख संगत के सेवादार हो, SGPC के सेवादार हो, हरिमंदर साहब ਦੀ ਸੇਵਾ ਜਿਹੜੀ ਆ ਉਹ ਤੁਹਾਡੇ ਜਿੰਮੇ ਲੱਗੀ ਹੋਈ ਆ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਤੁਹਾਡੇ ਜਿੰਮੇ ਆ, ਤੁਹਾਡੇ ਜਿੰਮੇ ਇੱਕ ਪਰਿਵਾਰ ਦੇ ਇਸ਼ਾਰਿਆਂ ਤੇ ਕੰਮ ਕਰਨਾ ਜਾਂ ਬੋਲਣਾ ਨਹੀਂ ਆ, ਇਹ ਤੁਹਾਨੂੰ ਨਹੀਂ ਸੋਚਦਾ। ਠੀਕ ਹੈ, ਨੁਕਸਾਨ ਹੋਇਆ ਉਹਨਾਂ ਦਾ, ਰੈਵੀਨਿਊ ਟੁੱਟਣਾ, ਦੁਕਾਨਾਂ ਬੰਦ ਹੋਣੀਆਂ, ਉਹਨਾਂ ਦਾ ਜਿਹੜਾ ਇਹ ਬਿਜ਼ਨਸ ਆ, ਬਿਜ਼ਨਸ ਮਾਡਲ ਉਹ ਫੇਲ ਹੋਣਾ ਆ, ਤੇ ਹੋਣਾ ਵੀ ਚਾਹੀਦਾ। ਗੁਰਬਾਣੀ ਨੂੰ ਕਿਸੇ ਕਿਤੇ ਸੀਮਿਤ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ। ਪੰਜਾਬ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ਵਿੱਚ ਪੇਸ਼ ਕੀਤਾ ਗਿਆ ਸੀ, ਕਿਉਂਕਿ CM ਮਾਨ ਦਾ ਮੰਨਣਾ ਹੈ ਕਿ ਗੁਰਬਾਣੀ ਸਭ ਦੀ ਸਾਂਝੀ ਹੈ, ਕਿਸੇ ਵਿਸ਼ੇਸ਼ ਵਿਅਕਤੀ ਜਾਂ ਚੈਨਲ ਦਾ ਇਸ 'ਤੇ ਕੋਈ ਹੱਕ ਨਹੀਂ ਹੋ ਸਕਦਾ। ਇਸ ਬਿੱਲ ਦਾ ਵਿਰੋਧੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ, ਪਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਫੈਸਲੇ ਨਾਲ ਡੱਟ ਕੇ ਖੜ੍ਹ ਗਏ ਨੇ। ਜਲੰਧਰ ਤੋਂ ਆਪ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦੀ ਡਟ ਕੇ ਸਪੋਰਟ ਕੀਤੀ ਹੈ ਅਤੇ ਨਾਲ ਹੀ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਇੱਕ ਸਲਾਹ ਦਿੱਤੀ ਹੈ। ਅੱਜ ਦਾ ਦਿਨ ਸਮੁੱਚੀ ਦੁਨੀਆ 'ਚ ਵਸੀ ਸਿੱਖ ਸੰਗਤ ਦੇ ਲਈ ਬਹੁਤ ਵਡਭਾਗਾ ਦਿਨ ਆ, ਬਹੁਤ ਚੰਗਾ ਦਿਨ ਆ। ਤਾਂ ਜੋ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹਦੀ ਭਰਪੂਰ ਸ਼ਲਾਘਾ ਆ। ਦਹਾਕਿਆਂ ਤੱਕ ਲੋਕ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਸਕੇ ਕਿ ਕਿਸ ਤਰ੍ਹਾਂ ਕਿਸੇ ਵਿਅਕਤੀ ਦਾ ਏਕਾਧਿਕਾਰ ਹੋ ਸਕਦਾ ਕਿ ਉਹ ਹਰਿਮੰਦਰ ਸਾਹਿਬ ਜਿਹੜਾ ਚੌ ਵਰਣਾਂ ਦਾ ਸਾਂਝਾ ਸਥਾਨ ਆ ਜਿੱਥੇ ਸਮੁੱਚੀ ਦੁਨੀਆ ਦੇ ਲੋਕ ਸੀਸ ਨਿਭਾਉਣ ਲਈ ਆਉਂਦੇ ਆ, ਉੱਥੋਂ ਪ੍ਰਸਾਰਿਤ ਹੁੰਦੀ ਗੁਰਬਾਣੀ ਨੂੰ ਉਹ ਇੱਕ ਚੈਨਲ ਤੱਕ ਸੀਮਿਤ ਕਰ ਦੇਣ, ਬਾਕੀ ਲੋਕਾਂ ਨੂੰ ਉਹਦੇ ਦਿਖਾਉਣ ਦੇ ਅਧਿਕਾਰ ਹੀ ਨਾ ਹੋਣ। ਇਹ ਗੁਰਬਾਣੀ ਨਾਲ, ਇਹ ਸਿੱਖ ਸੰਗਤ ਦੀ ਭਾਵਨਾਵਾਂ ਨਾਲ, ਇਹ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਔਰ ਮੈਂ ਕਹਿ ਰਿਹਾ ਸਮੁੱਚੀ ਪੰਜਾਬੀਆਂ ਦੇ ਪ੍ਰਸਾਰ ਪ੍ਰਸਾਰ ਦੇ ਲਈ ਇੱਕ ਬਹੁਤ ਵੱਡਾ ਧੋਖਾ ਸੀ ਜੋ ਇੱਕ ਸੋ ਕਾਲਡ ਪੰਥਕ ਪਰਿਵਾਰ ਨੇ ਕੀਤਾ ਹੋਇਆ ਸੀ। ਧਾਮੀ ਸਾਹਿਬ ਤੁਸੀਂ ਕਹਿ ਰਹੇ ਹੋ ਕਾਲਾ ਦਿਨ ਆ, ਮੈਂ ਕਹਿ ਰਿਹਾ ਅੱਜ ਦਾ ਦਿਨ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਦਿਨ ਆ ਕਿ ਅੱਜ ਜਿਹੜੇ ਬਾਕੀ ਚੈਨਲਸ ਹੋ ਰਿਹਾ ਉਹ ਵੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੁੰਦੇ ਆ, ਉਹਨਾਂ 'ਤੇ ਪਾਬੰਦੀ ਕਿਉਂ, ਕਿਸ ਗੱਲ ਦੀ ਪਾਬੰਦੀ? ਗੁਰਬਾਣੀ ਤਾਂ ਹੈ ਹੀ ਲੁਕਾਈ ਲਈ ਹੈ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ, ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰੂ ਨਾਨਕ ਸਾਹਿਬ ਈਰਾਨ, ਨੇਪਾਲ ਅਤੇ ਇੱਧਰ ਹੋਰ ਦੁਨੀਆ ਦੇ ਕੋਨੇ ਕੋਨੇ 'ਚ ਗਏ ਆ। ਸੋ ਅੱਜ ਦਾ ਦਿਨ ਇਤਿਹਾਸਿਕ ਆ, ਇਹ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਦਿਨ ਆ। ਆਹ ਹਾਂ, ਠੀਕ ਆ, ਉਹਨਾਂ ਨੂੰ ਨੁਕਸਾਨ ਤਾਂ ਹੈ ਹੀ ਆ। ਔਰ ਤੁਸੀਂ ਧਾਮੀ ਸਾਹਿਬ, ਤੁਸੀਂ ਸਿੱਖ ਸੰਗਤ ਦੇ ਸੇਵਾਦਾਰ ਹੋ, SGPC ਦੇ ਸੇਵਾਦਾਰ ਹੋ, ਹਰਿਮੰਦਰ ਸਾਹਿਬ ਦੀ ਸੇਵਾ ਜਿਹੜੀ ਆ ਉਹ ਤੁਹਾਡੇ ਜਿੰਮੇ ਲੱਗੀ ਹੋਈ ਆ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਤੁਹਾਡੇ ਜਿੰਮੇ ਆ, ਤੁਹਾਡੇ ਜਿੰਮੇ ਇੱਕ ਪਰਿਵਾਰ ਦੇ ਇਸ਼ਾਰਿਆਂ 'ਤੇ ਕੰਮ ਕਰਨਾ ਜਾਂ ਬੋਲਣਾ ਨਹੀਂ ਆ, ਇਹ ਤੁਹਾਨੂੰ ਨਹੀਂ ਸੋਭਦਾ। ਤੁਸੀਂ ਬਹੁਤ ਉੱਚ ਕੋਟੀ ਦੇ ਲੋਕ ਹੋ, ਤੁਹਾਡਾ ਸਤਿਕਾਰ ਆ, ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕਿਸੇ ਦੇ ਇਸ਼ਾਰੇ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ। ਠੀਕ ਹੈ, ਨੁਕਸਾਨ ਹੋਇਆ ਉਹਨਾਂ ਦਾ, ਰੈਵੀਨਿਊ ਟੁੱਟਣਾ, ਦੁਕਾਨਾਂ ਬੰਦ ਹੋਣੀਆਂ, ਉਹਨਾਂ ਦਾ ਜਿਹੜਾ ਇਹ ਬਿਜ਼ਨਸ ਆ, ਬਿਜ਼ਨਸ ਮਾਡਲ ਉਹ ਫੇਲ ਹੋਣਾ ਆ, ਤੇ ਹੋਣਾ ਵੀ ਚਾਹੀਦਾ। ਗੁਰਬਾਣੀ ਨੂੰ ਕਿਸੇ ਕਿਤੇ ਸੀਮਿਤ ਕਰਨ ਦਾ ਕੋਈ ਮਤਲਬ ਹੀ ਨਹੀਂ ਆ। ਔਰ ਫਿਰ ਇੱਕ ਵਾਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਸ ਕਾਰਜ ਦੀ ਸ਼ਲਾਘਾ ਕਰਦਾ ਔਰ ਸਮੁੱਚੀ ਸਿੱਖ ਸੰਗਤ ਨਹੀਂ ਸਮੁੱਚੀ ਪੰਜਾਬੀਅਤ ਨੂੰ ਮੈਂ ਵਧਾਈ ਦਿੰਦਾ ਕਿ ਅੱਜ ਦੇ ਦਿਨ ਤੋਂ ਸਾਡੀ ਗੁਰਬਾਣੀ, ਸਾਡੇ ਸਿੱਖ ਸਿਧਾਂਤ, ਸਾਡੀ ਸਿੱਖ ਵਿਚਾਰਧਾਰਾ ਹੋਰ ਵਧੇ ਫੁੱਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਦੱਸਦੀਏ ਕਿ ਇਹ ਬਿੱਲ ਵਿਧਾਨ ਸਭਾ ਵਿੱਚ ਪਾਸ ਹੋ ਗਿਆ। ਇਸ ਤੋਂ ਬਾਅਦ ਰਾਜਪਾਲ ਅਤੇ ਫਿਰ ਰਾਸ਼ਟਰਪਤੀ ਕੋਲੋਂ ਪਾਸ ਹੋਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ, ਜਿਸ ਤੋਂ ਬਾਅਦ ਸਰਬ ਸਾਂਝੀ ਗੁਰਬਾਣੀ ਸਭ ਦੇ ਲਈ
फ्री हो जाएगी ते कोई भी चैनल इस नू फ्री चला सकेगा। ब्यूरो रिपोर्ट D5 चैनल पंजाबी। D5 चैनल पंजाबी ते होवेगी पख दे मुद्दियां दी गल। सियासी पार्टियां नू करांगे सवाल ताकि लोक मसले होण हल। 5 जून तो लेके आ रहे हैं तुहाडे भरोसे दे साथी D5 चैनल पंजाबी ते पंजाब डिबेट। सोमवार तो शुक्रवार तक शामी 6 बजे तो 7 बजे तक वेखना ना भुलना पंजाब डिबेट। निडर हां, निरपक्ष रहा, आजाद हां, सच कहां। गल करांगे सियासी हवा दी, होणगे हुकमराना नूं सिद्धे सवाल। सब तो पहला पहुंचावांगे तुहाडे तक सिर्फ सच्ची खबर। दसांगे कौन कर रहा है थोड़े ते सफर। विदेशां च बैठे पंजाबियां दे हक दी करांगे गल। कनेडा दी हर सियासी खबर लेके आवांगे तुहाडे वल। उभरांगे पंजाब दी आवाज बन के। होणगे हर पहलू ते रोस चर्चे। खोलांगे अंदरूनी राज। बणांगे बुलंद आवाज। खेड सिक्ख्या सेहत खेती दी बात पावांगे। हर पिंड हर शहर जावांगे। मनोरंजन नाल जुड़े कलाकारां नाल करवावांगे मुलाकात। संघर्षां वाली जिंदगी ते मारांगे चाल। की ने साडे कानून फर्ज ते अधिकार। की करदी है साडी सरकार। की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म धरोहर सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।